ਰਿੱਧੀਆਂ ਸਿੱਧੀਆਂ ਤੇ ਆਤਮਕ ਸ਼ਕਤੀਆਂ। ਮੈਂ ਭਾਈ ਸਾਹਿਬ ਜੀ, ਮੈਂ ਤਾਂ ਮੂੰਹ ਵਿਚ ਡਰਦੇ ਫਤਿਹ ਗਜਾਈ ਸੀ, ਦਬੇ ਪੈਰ ਖੜਾਕ ਕੀਤੇ ਤੋਂ ਬਿਨਾਂ ਹੀ ਬੈਠ ਗਿਆ ਸੀ ਕਿ ਕਿਤੇ ਤੁਹਾਡੀ ਬਿਰਤੀ ਨਾ ਉਖੜ ਜਾਏ। ਭਾਈ ਸਾਹਿਬ, ਤੇਰਾ ਕੀ ਖਿਆਲ ਹੈ ਕਿ ਉੱਚੀ ਜੀਭ ਨਾਲ ਹੀ ਬੋਲੀਏ ਤਾਂਹੀਓ ਸੁਣੀਦਾ ਹੈ? ਕੀ ਇਹਨਾਂ ਬੈਰੂਨੀ ਅੱਖਾਂ, ਕੰਨਾਂ, ਲੱਤਾਂ, ਹੱਥਾਂ ਤੋਂ ਬਿਨਾਂ ਅੰਦਰੂਨੀ ਸ਼ਕਤੀਆਂ ਨਹੀਂ ਜੋ ਬੋਲ, ਸਮਝ, ਸੁਣ, ਵੇਖ, ਫਿਰ ਤੁਰ ਸਕਦੀਆਂ ਹਨ? ਤੂੰ ਵੀ ਨਾਮ ਅਭਿਆਸੀ ਹੈ, ਆਪ ਹੀ ਕਈ ਵੇਖੀਆਂ ਸੁਣੀਆਂ ਗੱਲਾਂ ਦੱਸ ਚੁੱਕਾ ਹੈ। ਮੈਂ ਬੇਸ਼ੱਕ ਕਈ ਵਾਰ ਮੈਂ ਹਰ ਇੱਕ ਸ਼ਕਤੀ ਦੇ ਚਮਤਕਾਰ ਬੇਸੁੱਧੀ ਵਿੱਚ ਅਤੇ ਜਾਗ੍ਰਤ ਅਵਸਥਾ ਵਿੱਚ ਵੇਖ ਚੁੱਕਾ ਹਾਂ, ਪਰ ਮੇਰੇ ਅੰਦਰ ਇਹਨਾਂ ਵਿੱਚੋਂ ਹਮੇਸ਼ਾ ਮਰਜ਼ੀ ਅਨੁਸਾਰ ਵਰਤਣ ਵਾਸਤੇ ਇੱਕ ਵੀ ਸ਼ਕਤੀ ਨਹੀਂ। ਮਤਲਬ ਇਹ ਹੈ ਕਿ ਮੈਂ ਅੰਦਰੂਨੀ ਗੁਪਤ ਸ਼ਕਤੀਆਂ ਨੂੰ ਵਰਤ ਨਹੀਂ ਸਕਦਾ। ਅੱਜ ਤਾਂ ਤੜਕੇ ਤੋਂ ਹੀ ਆਪ ਦੇ ਇੱਕੇ ਤੀਰ ਨੇ ਵਿੰਨ ਛੱਡਿਆ ਹੈ, ਬੈਠਣ ਸੌਣ ਜੋਗਾ ਨਹੀਂ ਛੱਡਿਆ। ਉਮੀਦ ਹੈ ਕਿ ਕਿਰਪਾ ਕਰਕੇ ਇਸ ਘਾਉ ਦੇ ਭਰਨ ਦਾ ਇਲਾਜ ਵੀ ਤੁਸੀਂ ਹੀ ਕਰੋਗੇ, ਕਿਉਂਕਿ ਇਹ ਰੋਗ ਦੁਨਿਆਵੀ ਡਾਕਟਰਾਂ ਦੀ ਤਸ਼ਖੀਸ਼ ਤੋਂ ਬਾਹਰ ਹੈ। ਭਾਈ ਸਾਹਿਬ, ਸ਼ੁਕਰ ਹੈ ਕਿ ਗੁਰੂ ਸਾਹਿਬ ਨੇ ਤੈਨੂੰ ਇੰਨੀ ਤਾਂ ਸੋਝੀ ਦੇ ਹੀ ਦਿੱਤੀ ਹੈ ਕਿ ਤੇਰੇ ਸਰੀਰ ਅੰਦਰ ਨਕਲੀ ਬੈਰੂਨੀ ਸ਼ਕਤੀਆਂ ਤੋਂ ਬਿਨਾਂ ਅਕਾਲੀ ਸ਼ਕਤੀਆਂ ਵੀ ਹਨ। ਮੇਰਾ ਤਾਂ ਖਿਆਲ ਹੈ ਕਿ ਤੈਨੂੰ ਇਹ ਸ਼ਕਤੀਆਂ ਗੁਰੂ ਸਾਹਿਬ ਨੇ ਤੇਰੇ ਹੀ ਭਲੇ ਖਾਤਰ ਨਹੀਂ ਬਖਸ਼ੀਆਂ। ਇਹ ਕੇਵਲ ਵੇਖ ਕੇ ਅਣਡਿੱਠ ਕਰਨ ਵਾਲੇ ਤੇ ਪਾ ਕੇ ਜਰਨ ਵਾਲੇ ਨੂੰ ਹੀ ਸੋਭਦੀਆਂ ਹਨ, ਨਹੀਂ ਤਾਂ ਆਮ ਭਾਈ ਰਿੱਧੀ ਸਿੱਧੀ ਵਿੱਚ ਹੀ ਫਸ ਜਾਂਦੇ ਹਨ ਤੇ ਨਾਮ ਅਭਿਆਸ ਦੇ ਫਲ ਨੂੰ ਪ੍ਰਾਪਤ ਨਹੀਂ ਕਰ ਸਕਦੇ ਜੈਸਾ ਕਿ ਹੁਕਮ ਹੈ। ਮਨ ਹਠ ਕਿਨੇ ਨਾ ਪਾਇਓ, ਸਭ ਥੱਕੇ ਕਰਮ ਕਮਾਏ, ਮਨ ਹਠ ਭੇਖ ਕਰ ਭਰਮ ਦੇ, ਦੁੱਖ ਪਾਇਆ ਦੂਜੈ ਭਾਏ, ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ। ਵਡਹੰਸ ਕੀ ਵਾਰ, ਸਲੋਕ ਮਹਿਲਾ ਤੀਜਾ। ਰਿੱਧ ਸਿੱਧ ਅਵਰਾ ਸਾਧ। ਜਪਜੀ ਸਾਹਿਬ, ਗੁਰਮਤ ਵਿੱਚ ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ ਦੇ ਗੁਰਵਾਕ ਤੋਂ ਹੀ ਪਤਾ ਲੱਗਦਾ ਹੈ ਕਿ ਰਿੱਧ ਸਿੱਧ ਸਭ ਮੋਹ ਹੈ। ਜਿਸ ਮਨ ਵਿੱਚ ਦੁਨਿਆਵੀ ਮੋਹ ਦੀ ਅੰਸ਼ ਰਹੇ, ਉਸ ਮਨ ਅੰਦਰ ਨਾਮ ਦਾ ਵਾਸਾ ਨਹੀਂ ਹੋ ਸਕਦਾ, ਤਾਂ ਤੇ ਗੁਰਮਤ ਅਨੁਸਾਰੀ ਗੁਰਸਿੱਖ ਨੂੰ ਇਸ ਵਿੱਚ ਫਸਣਾ ਚੰਗਾ ਨਹੀਂ, ਜੈਸਾ ਕਿ ਹੋਰ ਗੁਰਵਾਕਾਂ ਤੋਂ ਵੀ ਸਿੱਧ ਹੁੰਦਾ ਹੈ। ਆਸਣ ਸਿੱਧ ਸਿੱਖੈ ਬਹੁਤ ਤੇਰੇ, ਮਨ ਮੰਗੈ ਰਿੱਧ ਸਿੱਧ ਚੇਟਕ ਚੇਟ ਕਈਆ, ਤ੍ਰਿਪਤ ਸੰਤੋਖ ਮਨ ਸ਼ਾਂਤ ਨ ਆਵੈ, ਮਿਲ ਸਾਧੂ ਤ੍ਰਿਪਤ ਹਰ ਨਾਮ ਸਿੱਧ ਪਈਆ। ਬਿਲਾਵਲ ਮਹਿਲਾ ਚੌਥਾ, ਅਸ਼ਟਪਦੀਆਂ। ਸਿੱਧ ਹੋਵਾਂ ਸਿੱਧ ਲਾਈ, ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾਂ, ਲੋਕ ਰਾਖਾਂ ਭਾਓ, ਮਤ ਦੇਖ ਭੂਲਾਂ ਵੀਸਰੈ, ਤੇਰਾ ਚਿਤ ਨਾ ਆਵੈ ਨਾਉ। ਸ੍ਰੀ ਰਾਗ ਮਹਿਲਾ ਪਹਿਲਾ। ਦੁਨਿਆਵੀ ਤਰੀਕੇ ਨਾਲ ਇਉਂ ਸਮਝੋ ਕਿ ਜ਼ਿਮੀਦਾਰ ਫਸਲ ਬੀਜਦਾ ਹੈ, ਪਾਣੀ ਸਾਥੀ ਜ਼ਿਮੀਦਾਰਾਂ ਵਾਂਗੂ ਹੀ ਲਾਉਂਦਾ ਹੈ, ਪਰ ਫਸਲ ਪੱਕਣ ਤੋਂ ਪਹਿਲਾਂ ਹੀ ਪਸ਼ੂਆਂ ਨੂੰ ਚਾਰ ਲੈਂਦਾ ਹੈ ਜਾਂ ਕਿਸੇ ਨੂੰ ਪਹਿਲਾਂ ਹੀ ਵੇਚ ਦਿੰਦਾ ਹੈ। ਉਸਦਾ ਦੂਜਾ ਸਾਥੀ ਫਸਲ ਪੱਕਣ ਤਾਈਂ ਮਿਹਨਤ ਕਰਦਾ ਹੈ ਅਤੇ ਫਸਲ ਪਕਾ ਕੇ ਫਸਲ ਦੇ ਫਲ ਨੂੰ ਪ੍ਰਾਪਤ ਕਰ ਲੈਂਦਾ ਹੈ। ਫਸਲ ਪੱਕਣ ਤੋਂ ਪਹਿਲਾਂ ਵੇਚਣ ਵਾਲਾ ਮਾਇਆ ਤਾਂ ਵੱਟ ਲੈਂਦਾ ਹੈ, ਪਰ ਫਸਲ ਦਾ ਫਲ ਨਹੀਂ ਚੱਕ ਸਕਦਾ। ਸੋ ਰਿੱਧੀ ਸਿੱਧੀ ਨਾਟਕ ਚੇਟਕ ਕਰਨ ਵਾਲੇ ਮਾਣ ਵਡਿਆਈ ਤਾਂ ਭਾਵੇਂ ਕਿੰਨੀ ਵੀ ਪ੍ਰਾਪਤ ਕਰ ਲੈਣ, ਪਰ ਉਹਨਾਂ ਨੂੰ ਨਾਮ ਰਸ ਤਾਂ ਕੀ ਲੱਭਣਾ ਸੀ? ਨਾਮ ਉਹਨਾਂ ਦੇ ਮਨ ਵਿੱਚ ਹੀ ਨਹੀਂ ਵੱਸ ਸਕਦਾ ਅਤੇ ਤ੍ਰਿਪਤ ਸੰਤੋਖ ਸ਼ਾਂਤ
ਪ੍ਰਾਪਤ ਨਹੀਂ ਕਰ ਸਕਦੇ।